कहिंदे वेखी चल मरदानिया रंग करतार दे आपे मर जांदे जिहड़े दूजियां नूं मार दे। कहिंदे तेरे यार नूं दबण नूं फिरदे ही पर दबदा किथे आ। मैंने इस टाइम हीरा पनीर वाले के पास तो भाई सत श्री अकाल। सत श्री अकाल जी भाजी, की हाल चाल? कृपा भाजी की बना रहे जी अज? भाजी पनीर की भुर्जी तो आप बथेरी बनाई आ, अज तुहानूं बना के दिखावांगे इक वक्री आइटम। वक्री आइटम हैगी अपनी कड़ाई पनीर, सी घिओ ਸਾਰਿਆਂ ਦਾ ਪਿਓ। ਦੇਸੀ ਘਿਓ ਜੀ ਭਾਜੀ ਬਣਾ ਰਹੇ ਜੇ? ਮੈਂ ਕਿਹਾ ਭਾਜੀ ਦੇਸੀ ਘਿਓ ਜੀ ਬਣੇਗਾ ਭਾਜੀ, ਖੁੱਲਾ ਹੀ ਬਾਣ ਰਹੇ ਦੇਸੀ ਘਿਓ। ਮੈਂ ਕਿਹਾ ਭਾਜੀ ਤੁਹਾਨੂੰ ਪਤਾ ਆਪਣੇ ਕੰਮ ਸਟਾਰਟਿੰਗ ਦੇ ਖੁੱਲੇ ਰਹੇ ਨੇ। ਅੱਛਾ, ਇਹ ਪਾਤਾ ਪਾਦਰਕ, ਇਹ ਪਾਤਾ ਲਸਣ। ਅੱਛਾ, ਕੀ ਪਾਤਾ? ਲਸਣ। ਇਹ ਮੈਂ ਕਿਹਾ ਤੁਸੀਂ ਦੇਸੀ ਘਿਓ ਦਾ ਕੜਾਈ ਪਨੀਰ ਤੁਸੀਂ ਖਾ ਲਿਆ ਨਾ? ਅੱਛਾ, ਕੜਾਈ ਪਨੀਰ ਵਾਲੇ ਬੜੇ ਨੇ, ਕੜਾਈ ਪਨੀਰ ਬਹੁਤ ਬਣਾਉਂਦੇ ਹੋਣਗੇ। ਮੈਂ ਕਿਹਾ ਜਿਹੜੀ ਚੀਜ਼ ਖਵਾ ਦਿਆਂਗੇ ਅੰਡ ਗਲਾ ਦਿਆਂਗੇ। ਇਹ ਪਿਆਜ਼ ਤੇ ਸ਼ਿਮਲਾ ਮਿਰਚ। ਪਿਆਜ਼ ਸ਼ਿਮਲਾ ਮਿਰਚ ਆ ਗਈ। ਅੱਜ ਆਪਾਂ ਬੜੇ ਚਿਰਾਂ ਬਾਅਦ ਵੀਡੀਓ ਬਣਾ ਲੱਗੇ ਹਾਂ ਅਤੇ ਘੱਟ ਤੋਂ ਘੱਟ 8 ਮਹੀਨਿਆਂ ਬਾਅਦ ਆਪਾਂ ਵੀਡੀਓ ਬਣਾ ਲੱਗੇ ਹਾਂ ਅਤੇ ਬਾਈ ਦਾ ਬਹੁਤ ਪਿਆਰ ਆ। ਅੱਜ ਤੋਂ ਪਹਿਲੇ ਵੀ ਬਾਈ ਦੇ ਪੇਜ 'ਤੇ ਤਦ ਕਰਕੇ ਪਹਿਲੇ ਪਾਉਣ ਲੱਗੇ ਹਾਂ ਵੀਡੀਓ। ਜੇ ਹੀਰਾ ਫੇਮਸ ਹੋਇਆ ਸੀ ਤਾਂ ਆਪਣੇ ਭਰਾ ਦੇ ਸਿਰ 'ਤੇ ਹੋਇਆ ਸੀ। ਇਹ ਨਮਕ ਆ ਗਿਆ ਭਾਜੀ? ਇਹ ਨਮਕ। ਓਕੇ, ਇਹ ਪਾਤੀ ਆਪਾਂ ਹਲਦੀ, ਜਿੰਨਾ ਵਿਆਹ ਹੋਣਗੇ ਲੋਕ ਕਹਿ ਰਹੇ ਜਲਦੀ। ਠੀਕ ਹੈ, ਅਤੇ ਫਿਰ ਆਹ ਲਾ ਤਾ ਆਪਾਂ ਦੇਗੀ ਮਿਰਚ ਦਾ ਤੜਕਾ, ਅੰਗ ਫੜਕਾ। ਜਿਹੜਾ ਦੇਸੀ ਘਿਓ 'ਚ ਕੜਾਈ ਪਨੀਰ ਬਣਨਾ ਭਾਜੀ, ਉਹਦਾ ਸਵਾਦ ਹੀ ਆਪਣਾ ਆ। ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਭੁਰਜੀ ਵੀ ਦੇਸੀ ਘਿਓ ਦੀ ਕਰ ਦੇਣੀ ਆ। ਅੱਛਾ, ਅੱਜ ਵੀ ਲੋਕਾਂ ਦਾ ਪਿਆਰ ਉਵੇਂ ਹੀ ਆ ਜਿਵੇਂ ਪਹਿਲਾਂ ਸੀ। ਓਕੇ, ਤੇ ਦੁਨੀਆ ਅੱਜ ਵੀ ਉਵੇਂ ਪਿਆਰ ਕਰਦੀ ਆ। ਇਹ ਪਾਤਾ ਆਪਾਂ ਪਿਆਰ। ਪਿਆਰ, ਇਹ ਪਿਆਰ ਆ ਭਾਜੀ ਆਪਣਾ। ਅੱਛਾ, ਇਹਨੂੰ ਕਹਿੰਦੇ ਫਾਇਰ ਕੜਾਈ ਪਨੀਰ। ਭਾਜੀ ਘਿਓ ਫਿਰ ਪਾਉਣ ਲੱਗੇ ਆ? ਇਹ ਸਾਰਿਆਂ ਦਾ ਪਿਓ ਦੇਸੀ ਘਿਓ ਦੁਬਾਰਾ। ਇਹ ਕੀ ਭਾਜੀ ਮਸਾਲੇ? ਇਹ ਮਸਾਲੇ ਭਾਜੀ। ਸੀਕ੍ਰੇਟ ਤੇ ਨਹੀਂ ਆ ਤੁਹਾਡੇ ਮਸਾਲੇ ਕੋਈ? ਤੁਹਾਨੂੰ ਪਤਾ ਆਪਣਾ ਆਹ ਤੁਹਾਡੇ ਸਾਹਮਣੇ ਲੂਣ ਪਈ ਆ, ਮਿਰਚ ਪਈ ਆ, ਦੇਗੀ ਮਿਰਚ ਪਈ ਤੇ ਮਸਾਲੇ ਪਏ ਆ। ਅੱਛਾ, ਸੀਕ੍ਰੇਟ ਸੁਕਰੇਟ ਸਾਡੇ ਨਹੀਂ ਲੋਕਾਂ ਵਾਂਗੂ ਹੈਗੇ ਭਾਜੀ। ਇਹ ਦੁੱਧ ਆ? ਇਹ ਦੁੱਧ ਭਾਜੀ। ਇਹ ਕਿਹੜਾ ਦੁੱਧ ਆ? ਇਹ ਦੁੱਧ ਭਾਜੀ ਜਿਹੜਾ ਦੁੱਧ ਹੁੰਦਾ ਆ ਇਹ ਉਹੀ ਦੁੱਧ ਆ, ਜਿਹੜੀ ਮੱਝ ਦਿੰਦੀ ਹੈ ਉਹੀ ਦੁੱਧ ਆ। ਠੀਕ ਹੈ ਭਾਜੀ, ਹੁਣ ਆਪਾਂ ਇਹ 'ਚ ਪਾਵਾਂਗੇ ਲੂਣ। ਅੱਜ ਵੀ ਪਨੀਰ ਉਵੇਂ ਹੀ ਆ, ਚੈੱਕ ਕਰ ਲਓ ਤੁਸੀਂ। ਇਹ ਨਾ ਮਿਲਣਾ ਆ ਅਤੇ ਨਾ ਕਿਸੇ ਕੋਲ ਬਣਨਾ ਆ, ਨਾ ਇਹ ਪੂਰੇ ਸ਼ਹਿਰ 'ਚ ਕਿਸੇ ਕੋਲ ਮਿਲਣਾ ਆ ਅਤੇ ਨਾ ਇਹ ਬਣਨਾ ਆ ਕਿਸੇ ਕੋਲ। ਅੱਛਾ ਭਾਜੀ, ਪ੍ਰਾਈਜ਼ ਕਿੰਨਾ ਇਹਦਾ? ਮੈਂ ਕਿਹਾ ਦੇਸੀ ਘਿਓ 'ਚ ਜੋ ਪ੍ਰਾਈਜ਼ ਦੇ ਦਿਆਂਗੇ ਲੋਕ ਸੋਚ ਵੀ ਨਹੀਂ ਸਕਦੇ। ਠੀਕ ਆ, ਲੋਕ ਕਹਿਣਗੇ ਹੀਰਾ ਕਰ ਕੀ ਜਾਂਦਾ ਆ ਹਰ ਵਾਰੀ। ਅੱਛਾ, ਲਓ ਜੀ ਆਪਣਾ ਕੋਟਨ ਪਨੀਰ ਪੈ ਗਿਆ ਜੇ। ਅੱਛਾ, ਕੜਾਈ ਪਨੀਰ ਆਪਣਾ ਤਿਆਰ ਜੇ। ਭਾਜੀ ਇਹ ਬਣ ਗਿਆ? ਨਾ ਜੀ ਨਾ, ਅਜੇ ਨਹੀਂ ਬਣਿਆ, ਹਲੇ ਪਿਆਰ ਤੇ ਪੈਣਾ ਉੱਤੇ। ਅੱਛਾ, ਅਮੂਲ ਕਰੀਮ? ਹਾਂ, ਪਿਆਰ ਹੈਗਾ, ਪਿਆਰ ਹੀ ਰੇ ਪਨੀਰ ਵਾਲੇ ਦਾ। ਅੱਛਾ, ਇਹ ਇਕੱਲਾ ਵੀਡੀਓ 'ਚ ਨਹੀਂ ਹੈ ਪੈਣ ਦਿਆ। ਅੱਛਾ, ਇਹ ਜਿੱਦਾਂ ਵੀ ਆਓਗੇ ਇੱਦਾਂ ਹੀ ਮਿਲੂਗੇ ਤੁਹਾਨੂੰ, ਭਾਵੇਂ ਅੱਜ ਧਨੀਆ ਜਿੰਨੇ ਮਰਜ਼ੀ ਰੁਪਏ ਕਿਲੋ ਹੋਵੇ, ਧਨੀਆ ਪੈਣਾ ਹੀ ਪੈਣਾ ਆ। ਅੱਛਾ ਜੀ, ਤੁਸੀਂ ਚੈੱਕ ਕਰੋ ਕੜਾਈ ਪਨੀਰ, ਇਹ ਬਾਂਗਾ ਮਾਰਦਾ, ਚੈੱਕ ਕਰੋ ਇਹਦੀਆਂ ਬਾਂਗਾ। ਮੈਨੂੰ ਖਾਲਾ ਵੇ ਉਹ ਖਾਲਾ ਆ, ਪਰ ਮੈਂ ਤੁਹਾਨੂੰ ਇੱਕ ਚੀਜ਼ ਕਹਿੰਦਾ ਆ, ਜਿਹੜਾ ਬੰਦਾ ਇਹ ਖਾ ਗਿਆ ਉਹ ਐਂ ਹੀ ਕਰਕੇ ਜਾਊਗਾ, ਇੱਕੋ ਗੱਲ ਕਹਿ ਕੇ ਜਾਊਗਾ, ਆ ਗਿਆ ਹੀਰਾ, ਅਤੇ ਸਾਰੇ ਮੁਲਕ 'ਚ ਛਾ ਗਿਆ ਹੀਰਾ, ਅਤੇ ਦਿਲ ਦਾ ਨਹੀਂ ਮਾੜਾ ਅਤੇ ਤੇਰਾ ਹੀਰਾ ਪਨੀਰ ਵਾਲਾ। ਕੜਾਈ ਪਨੀਰ ਤਾਂ ਤੁਸੀਂ ਬੜੇ ਖਾਧੇ ਹੋਣਗੇ ਲੋਕਾਂ ਦੀਆਂ ਦੁਕਾਨਾਂ 'ਤੇ ਜਾ ਕੇ, ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਠੋਕ ਕੇ ਕਹਿੰਦਾ ਇਹਦੇ ਨਾਲ ਦਾ ਕੜਾਈ ਪਨੀਰ ਜੇ ਮਿਲ ਜੇ ਹੀਰੇ ਤੋਂ ਇਲਾਵਾ, ਜੋ ਕਹੋਗੇ ਕਰਨ ਨੂੰ ਤਿਆਰ ਹਾਂ। ਚੈੱਕ ਕਰੋ ਜੀ ਆਪਣਾ ਕੜਾਈ ਪਨੀਰ ਭਾਜੀ, ਰੇਟ ਤਾਂ ਦੱਸ ਦਿਓ। ਮੈਂ ਕਿਹਾ ਰੇਟ ਭਾਜੀ ਹਲੇ ਪਲੇਟ 'ਚ ਤਾਂ ਪੈਣ ਤੋਂ ਰੇਟ ਵੀ ਦੱਸ ਦਿੰਦੇ, ਕਿਉਂ ਟੈਨਸ਼ਨ ਲਾਉਂਦੇ ਜੇ ਮਹਾਰਾਜ। ਅੱਛਾ, ਅਤੇ ਮੈਂ ਇੱਕ ਚੀਜ਼ ਦਾ ਹੋਰ ਤੁਹਾਨੂੰ ਕਹਿੰਦਾ ਹਾਂ, 250 ਰੁਪਏ ਦੇ ਵਿੱਚ, 250 ਰੁਪਏ ਦੇ ਵਿੱਚ ਇੱਕ ਪਲੇਟ ਕੜਾਈ ਪਨੀਰ। ਲੋਕ ਤਾਂ ਹਾਫ ਦੇਈ ਜਾਂਦੇ ਆ, 250 'ਚ ਅਸੀਂ ਫੁੱਲ ਦੇਈ ਜਾਂਦੇ ਹਾਂ। ਕਹਿੰਦਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ। ਥੈਂਕ ਯੂ ਭਾਜੀ, ਲਵ ਯੂ ਬ੍ਰੋ।